ਤੇ ਉਧਰ 12 ਦਸੰਬਰ ਨੂੰ ਕਪਿਲ ਸ਼ਰਮਾ ਤੇ ਗਿੰਨੀ ਚਤਰਾ ਜਲੰਧਰ ਦੇ ਕਲੱਬ ਕਬਾਨਾ ਵਿੱਚ ਵਿਆਹ ਦੇ ਬੰਧਨ ਵਿੱਚ ਬਜੇ ਸਨ। ਸ਼ੁੱਕਰਵਾਰ ਨੂੰ ਕਪਿਲ ਨੇ ਅੰਮ੍ਰਿਤਸਰ ਵਿੱਚ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਲਈ ਇੱਕ ਰਿਸੈਪਸ਼ਨ ਪਾਰਟੀ ਰੱਖੀ ਸੀ, ਜਿਸ ਵਿੱਚ ਪੰਜਾਬੀ ਫਿਲਮੀ ਹਸਤੀਆਂ ਤੇ ਸੰਗੀਤ ਕਲਾਕਾਰਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਗੋਲਡਨ ਸਟਾਰ ਮਲਕੀਤ ਸਿੰਘ ਵੀ ਸ਼ਾਮਲ ਹੋਏ। ਇਸ ਮੌਕੇ ਮਲਕੀਤ ਸਿੰਘ ਨੇ ਦੱਸਿਆ ਕਿ ਕਪਿਲ ਗਿੰਨੀ ਦੇ ਵਿਆਹ ਦੇ ਸਾਰੇ ਫੰਕਸ਼ਨ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਕਪਿਲ ਅਤੇ ਗਿੰਨੀ ਵੱਲੋਂ ਪੂਰੇ ਰੀਤੀ ਰਿਵਾਜ਼ਾਂ ਦੇ ਨਾਲ ਕੀਤੇ ਗਏ ਵਿਆਹ ਦੀ ਸ਼ਲਾਘਾ ਵੀ ਕੀਤੀ। ਦੱਸ ਦਈਏ ਕਿ ਅੰਮ੍ਰਿਤਸਰ ਤੋਂ ਬਾਅਦ ਕਪਿਲ ਮੁੰਬਈ ਵਿੱਚ ਵੀ ਰਿਸੈਪਸ਼ਨ ਪਾਰਟੀ ਦੇਣਗੇ, ਜਿਸ ਵਿੱਚ ਬਾਲੀਵੁੱਡ ਤੇ ਟੀਵੀ ਇੰਡਸਟਰੀ ਦੇ ਨਾਮੀ ਸਿਤਾਰੇ ਸ਼ਿਰਕਤ ਕਰਨਗੇ। ਹਾਂ, ਮੈਂ ਮੱਥਾ ਟੇਕਣ ਆਇਆ ਜੀ ਪਹਿਲੀ ਗੱਲ ਤਾਂ, ਅਤੇ ਕਿਉਂਕਿ ਅੱਜ ਸ਼ਾਮ ਨੂੰ ਕਪਿਲ ਸ਼ਰਮਾ ਜਿਹਨੂੰ ਤੁਸੀਂ ਬਹੁਤ ਸਾਡੇ ਕਮੇਡੀਅਨ ਹੈ, ਜਿਹਨੂੰ ਸਾਡੇ ਭਰਾ 'ਤੇ ਸਾਨੂੰ ਬਹੁਤ ਹੀ ਮਾਣ ਹੈ, ਬਹੁਤ ਸਤਿਕਾਰ ਹੈ, ਜਿਹਨੇ ਸਾਡੇ ਪੰਜਾਬੀਆਂ ਦਾ ਨਾਂ ਸਾਰੀ ਦੁਨੀਆ 'ਚ ਬਹੁਤ ਵੱਡਾ ਕੀਤਾ, ਔਰ ਉਹਦੀ ਵਿਆਹ ਦੀ ਪਾਰਟੀ ਹੈ ਕਿਉਂਕਿ ਅਸੀਂ ਪਰਸੋਂ ਉਹਨਾਂ ਦਾ ਵਿਆਹ ਹੋਇਆ ਅਤੇ ਉੱਥੇ ਜਲੰਧਰ, ਅਤੇ ਜਲੰਧਰ ਵੀ ਭੰਗੜੇ ਪਾ ਕੇ ਆਏ ਹਾਂ, ਉੱਥੇ ਵੀ ਗਾਉਂਦੇ ਸੀਗੇ, ਅਤੇ ਅੱਜ ਫਿਰ ਰਾਤ ਨੂੰ ਇੱਥੇ ਪ੍ਰੋਗਰਾਮ ਹੈ ਤਾਂ ਅੱਜ ਇੱਥੇ ਅੰਮ੍ਰਿਤਸਰ ਪਾਰਟੀ ਹੋਊਗੀ। ਔਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਕਪਿਲ ਨੇ ਜਿੰਨੇ ਵੀ ਰੀਤੀ ਰਿਵਾਜ਼ ਕੀਤੇ ਨੇ ਉਹ ਸਾਰੇ ਬਿਲਕੁਲ ਸਾਡੇ ਟ੍ਰੈਡੀਸ਼ਨਲ ਸਟਾਈਲ ਕੀਤੇ ਨੇ, ਜਾਗੋ ਕੱਢੀ, ਫਿਰ ਮਤਲਬ ਮਾਈਆਂ, ਤਾਂ ਫਿਰ ਮਹਿੰਦੀ, ਤਾਂ ਫਿਰ ਸਾਰਾ ਜਿਹੜਾ ਟ੍ਰੈਡੀਸ਼ਨ ਸੀਗਾ, ਈਵਨ ਮਤਲਬ ਸਿੱਖ ਧਰਮ ਦੇ ਅਸੂਲ ਦੇ ਨਾਲ ਵੀ ਲਾਵਾਂ ਵੀ ਹੋਈਆਂ, ਅਤੇ ਉਹਨਾਂ ਨੇ ਹਿੰਦੂ ਧਰਮ ਦੇ ਨਾਲ ਜੋ ਉਹਨੇ ਆਪਣੇ ਆਪ ਉਹ ਮਤਲਬ ਫੇਰੇ ਵੀ ਕਰਵਾਏ। ਸੋ ਦੋਨੇ ਪਾਸੇ ਜਿਹੜਾ ਉਹਨੇ ਆਪਣੇ ਕਲਚਰ ਨੂੰ ਸਾਂਭਿਆ। ਐਂਡ ਦੂਸਰੀ ਗੱਲ ਆ ਕਿ ਜਦੋਂ ਪਰਸੋਂ ਪ੍ਰੋਗਰਾਮ ਸੀਗਾ, ਜਦੋਂ ਪਰਸੋਂ ਵਿਆਹ ਸੀਗਾ, ਅਤੇ ਉਹਦੇ ਉੱਤੇ ਪੂਰਾ ਮੇਲਾ ਲੱਗਿਆ ਹੋਇਆ ਸੀ। ਮੋਰਾ ਉਹਨਾਂ ਨੂੰ ਪਤਾ ਲੱਗਦਾ ਇੱਥੋਂ ਕਿ ਆਰਟਿਸਟ ਦੀ ਕਿੰਨੀ ਲੋਕ ਸਤਿਕਾਰ ਕਰਦੇ ਨੇ। ਉੱਥੇ ਮਾਨ ਸਾਹਿਬ ਸੀ, ਉੱਥੇ ਸਰਦੂਲ ਸੀ, ਆਪਣੇ ਹੰਸ ਰਾਜ ਸੀ, ਬਾਵਾ ਸੀ, ਉੱਥੇ ਜੱਸੀ ਸੀ, ਉੱਥੇ ਮਤਲਬ ਤੁਸੀਂ ਬਡਾਲੀ ਲਖਵਿੰਦਰ ਸੀ। ਸੋ ਮੈਨੂੰ ਵੀ ਤਾਂ ਐਕਸਟਰਾ ਖੁਸ਼ੀ ਹੁੰਦੀ ਹੈ ਕਿਉਂਕਿ ਅਸੀਂ ਜਦੋਂ ਬਾਹਰ ਰਹਿੰਦੇ ਹਾਂ ਅਤੇ ਸਾਰਿਆਂ ਨੂੰ ਮਿਲਣ ਦਾ ਕਈ ਵਾਰੀ ਟਾਈਮ ਨਹੀਂ ਲੱਗਦਾ, ਪਰ ਜਦੋਂ ਸਾਰੇ ਇਕੱਠੇ ਹੁੰਦੇ ਆ ਅਤੇ ਇਕੱਠਿਆਂ ਨੂੰ ਇੱਕ ਵਾਰੀ ਮਿਲਣ ਦਾ ਟਾਈਮ ਮਿਲ ਜਾਂਦਾ। ਸੋ ਅਸੀਂ ਬਹੁਤ ਇੰਜੋਏ ਕੀਤਾ, ਬਹੁਤ ਭੰਗੜਾ ਪਾਇਆ, ਔਰ ਮੈਨੂੰ ਇਹ ਬਹੁਤ ਮਾਣ ਆ ਇਸ ਗੱਲ ਦਾ ਕਿ ਜਿਹੜਾ ਕਪਿਲ ਸ਼ਰਮਾ ਬਹੁਤ ਡਾਊਨ ਟੂ ਅਰਥ ਮੁੰਡਾ ਔਰ ਬਹੁਤ ਹੀ ਸਾਰਿਆਂ ਨੂੰ ਪਿਆਰ ਸਤਿਕਾਰ ਕਰਨ ਵਾਲਾ। ਸੋ ਉਸ ਸਤਿਕਾਰ ਕਰਕੇ ਮੈਂ ਉੱਥੇ ਵਿਆਹ ਵੀ 'ਤੇ ਵੀ ਸੀਗਾ, ਅਤੇ ਹੁਣ ਉਹਨਾਂ ਨੇ ਉਹਨਾਂ ਦੱਸਿਆ ਕਿ ਭਾਈ ਤੁਸੀਂ ਉੱਥੇ ਰਿਸੈਪਸ਼ਨ ਪਾਰਟੀ 'ਤੇ ਵੀ ਆਉਣਾ, ਕਿਉਂਕਿ ਉੱਥੇ ਵੀ ਆਪਾਂ ਸੇਮ ਰੌਣਕ ਲਾਉਣੀ ਹੈ, ਅਤੇ ਅੱਜ ਮੈਂ ਹੁਣ ਉੱਥੇ ਵੀ ਜਾ ਰਿਹਾ।